ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀ ਦੇਖ ਰਹੇ ਹੋ ਪ੍ਰਾਈਮ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਗਰਮ ਰਿਹਾ ਲਗਭਗ 37 ਡਿਗਰੀ ਤੱਕ ਟੈਂਪਰੇਚਰ ਰਿਹਾ ਆਥਣ ਦੇ ਵੇਲੇ ਲੰਘੇ ਕੱਲ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬੱਦਲਵਾਈ ਵੀ ਹੋਈ ਪਰ ਉਦਾਂ ਦੁਪਹਿਰ ਦੇ ਵੇਲੇ ਸਵੇਰ ਦੇ ਵੇਲੇ ਗਰਮੀ ਚੋਕੀ ਸੀ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਰਹਿਣ ਦੀ ਆਸ ਹੈ ਪਰ 13 ਤੇ 14 April ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਭਰਮਾ ਵੀ ਪੈਣ ਦੀ ਆਸ ਹੈ ਕਈ ਥਾਵਾਂ ਦੇ ਉੱਤੇ ਤੇਜ਼ ਹਨੇਰੀ ਚੱਲਣ ਦੀ ਆਸ ਹੈ ਤੇ ਜੇਕਰ ਪ੍ਰਗਟਾਈ ਗਈ ਭਵਿੱਖਬਾਣੀ ਜਿਵੇਂ ਕੀਤੀ ਗਈ ਹੈ ਉਮੀ ਹੋ ਗਿਆ ਤਾਂ ਫਿਰ ਫਸਲ ਦਾ ਨੁਕਸਾਨ ਹੋਣ ਦੀ ਵੀ ਸੰਭਾਵਨਾ ਇਸ ਕਰਕੇ ਮੌਸਮ ਦਾ ਖਰਾਬਾ ਨਾ ਹੋਵੇ ਇਹਦੀ ਅਰਦਾਸ ਹੈ ਪਰ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਜ਼ਰੂਰ ਪੇਸ਼ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ 13 ਤੇ 14 ਤਰੀਕ ਨੂੰ ਬਹੁਤ ਜ਼ਿਆਦਾ ਮੀਂਹ ਪੈਣਾ ਤੇ ਪੰਜਾਬ ਦੇ ਵਿੱਚ ਵੀ ਹਨੇਰੀ ਝੱਖੜ ਚੁਲਾ ਖਾਸਾ ਹੋਗਾ ਮੌਸਮ ਕਾਫੀ ਵੱਡੇ ਪੱਧਰ ਤੇ ਕਰਵਟ ਬਦਲੂਗਾ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਮੁਸ਼ਕਲ ਨਾਲ ਸੰਬੰਧਤ ਤੇ ਇਹ ਮੁਸ਼ਕਲ ਆ ਜਿਹੜੀ ਉਹ ਦਿੱਲੀ ਦੇ ਵਿੱਚ ਵਧੀ ਜਾਂਦੀ ਹੈ ਤੇ ਸਾਥ ਆਪਣੀ ਹੀ ਛੜਛੜ ਭੱਜੀ ਜਾਂਦੇ ਆ ਜਿਹੜੇ ਵੇਲੇ ਦੇ ਵਿੱਚ ਪਾਰਟੀ ਦੇ ਕਨਵੀਨਰ ਜੇਲ੍ਹ ਦੇ ਵਿੱਚ ਹੋਣ ਜਿਹੜੇ ਦੇ ਵੇਲੇ ਦੇ ਵਿੱਚ ਬੰਦੇ ਨੂੰ ਟਿਕਟ ਮਿਲੀ ਹੋਵੇ ਆਮ ਆਦਮੀ ਪਾਰਟੀ ਦੀ ਉਹ ਛੱਡ ਕੇ ਦੂਜੀ ਪਾਰਟੀ ਚਲਾ ਜਾਵੇ ਜਿਹੜੇ ਵੇਲੇ ਦੇ ਵਿੱਚ ਦਿੱਲੀ ਦੇ ਮੰਤਰੀ ਪਾਰਟੀ ਨੂੰ ਛੱਡ ਰਹੇ ਹੋਣ ਉਸ ਵੇਲੇ ਆਪਾਂ ਸਮਝ ਸਕਦੇ ਹਾਂ ਵੀ ਮਨੋਸਥਿਤੀ ਕੀ ਹੋਊਗੀ ਇਹਦੇ ਪਿੱਛੇ ਕਾਰਨ ਕਿਹੜੇ ਕਿਹੜੇ ਹੋਣਗੇ ਤੇ ਕੀ ਕੀ ਬਣ ਸਕਦਾ ਹੁੰਦੇ ਸਮੇਂ ਦੇ ਵਿੱਚ ਇਹ ਖਬਰ ਬਹੁਤ ਵਿਸਥਾਰਮੰਗਦੀ ਹੈ ਵੀ ਗੱਲ ਕੀ ਹੋਊਗੀ ਪਰ ਇੱਕ ਜਾਣਕਾਰੀ ਹੋਰ ਦੇ ਦਈਏ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ 16 April ਨੂੰ ਜਲੰਧਰ ਤੇ ਲੁਧਿਆਣੇ ਦੀਆਂ ਟਿਕਟਾਂ ਦਾ ਐਲਾਨ ਕਰ ਦੇਾਂਗੇ 16 April ਨੂੰ ਯਾਨੀ ਕਿ ਤਿੰਨ ਚਾਰ ਦਿਨਾਂ ਬਾਅਦ ਜਲੰਧਰ ਤੇ ਲੁਧਿਆਣੇ ਦੀਆਂ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਊਗਾ ਇਹ ਹੁਣ ਵਕਤ ਦੱਸੂਗਾ ਕਿ ਭਾਈ ਜਿਹੜੇ ਸਥਾਨਕ ਲੁਧਿਆਣੇ ਦੇ ਵਿੱਚ ਜਿਹੜਾ ਵੀ ਵਲੰਟੀਅਰ ਹੋਊਗਾ ਜਾਂ ਜਿਹੜਾ ਵੀ ਨੇਤਾ ਹੋਊਗਾ ਪ੍ਰਭਾਵਸ਼ਾਲੀ ਉਹਨੂੰ ਟਿਕਟ ਮਿਲਦੀ ਆ ਜਾਂ ਫਿਰ ਉਧਾਰੇ ਬੰਦੇ ਨੂੰ ਮਿਲਦੀ ਆ ਜਲੰਧਰ ਦੇ ਵਿੱਚ ਵੀ ਇਵੇਂ ਹੀ ਆ ਕਿਉਂਕਿ ਇੱਕ ਵਾਰ ਕਾਂਗਰਸ ਦੇ ਵਿੱਚੋਂ ਪਟਕੇ ਸੁਸ਼ੀਲ ਰਿੰਕੂ ਨੂੰ ਲਿਆਂਦਾ ਆ ਆਮ ਆਦਮੀ ਪਾਰਟੀ ਚ ਜਿਹੜੇ ਭਾਗ ਦੇ ਵਿੱਚ ਉਹ ਆਏ ਉਸੇ ਭਾਗ ਦੇ ਵਿੱਚ ਅੱਗੇ ਬੀਜੇਪੀ ਤੇ ਚਲੇ ਗਏ ਆ ਸੋ ਇੱਥੇ ਹੁਣ ਕਿਹੜੇ ਸਥਾਨਕ ਚਿਹਰੇ ਨੂੰ ਜਾਂ ਉਧਾਰੇ ਚਿਹਰੇ ਨੂੰ ਮਿਲੂਗੀ ਟਿਕਟ ਇਹਦੇ ਵੱਲ ਵੀ ਨਿਗਾਟਕੀ ਰਹਿਣੀ ਆ ਪਰ ਜਲੰਧਰ ਤੇ ਲੁਧਿਆਣੇ ਬਾਰੇ ਚਰਚਾਵਾਂ ਦਾ ਦੌਰ ਗਰਮ ਆ ਕਦੇ ਖਬਰ ਆਉਂਦੀ ਹੈ ਜਿਕੇ ਚੌਧਰੀ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਟਿਕਟ ਮਿਲ ਸਕਦੀ ਜਲੰਧਰੋਂ ਕਦੇ ਖਬਰ ਆਉਂਦੀ ਜਿਕੇ ਬੈਂਸਪਰਾ ਜਿਹੜੇ ਉਹ ਜੇਕਰ ਉਧਰ ਨਹੀਂ ਜਾ ਸਕੇ ਕਾਂਗਰਸ ਦੇ ਵਿੱਚ ਤਾਂ ਇਧਰ ਆਮ ਆਦਮੀ ਪਾਰਟੀ ਦੇ ਵਿੱਚ ਹੋ ਸਕਦੇ ਆ ਇਹਦਾ ਨੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਪਰ ਇਹ ਵਕਤ ਦਸੂਗਾ 16 ਤਰੀਕ ਨੂੰ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਜਾਣੀ ਆ ਵੀ ਕਿਹਨੂੰ ਕਿੱਥੋਂ ਟਿਕਟ ਮਿਲਦੀ ਆ ਪਰ ਅਗਲੀ ਗੱਲ ਜਿਹੜੀ ਮੈਂ ਕਰ ਰਿਹਾ ਸੀ ਕਿ ਦਿੱਲੀ ਦੇ ਇੱਕ ਸਮਾਜਿਕ ਕਲਿਆਣ ਮੰਤਰੀ ਜਿਹੜੇ ਕਿ ਦਿੱਲੀ ਦੀ ਕੈਬਨਿਟ ਦੇ ਮੰਤਰੀ ਆ ਉਹਨਾਂ ਨੇ ਪਾਰਟੀ ਵੀ ਛੱਡਤੀ ਉਹਨਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਤੇ ਅਸਤੀਫਾ ਦੇਣ ਸਾਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸ਼ਬਦਾਂ ਦੀ ਵਾਸ਼ੜ ਕੀਤੀ ਗਈ ਹੈ ਦੋਸ਼ਾਂ ਦੀ ਵਾਸ਼ੜ ਕੀਤੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਗੱਲ ਹੈ ਉਹ ਕਹਿੰਦੇ ਵੀ ਸਾਡੀ ਪਾਰਟੀ ਦੇ ਵਿੱਚ ਕੁਝ ਵੀ ਚੰਗਾ ਨਹੀਂ ਸਾਡੀ ਪਾਰਟੀ ਲੀਹੋਂ ਲੱਤ ਚੁੱਕੀ ਹੈ ਸਾਡੀ ਪਾਰਟੀ ਭ੍ਰਿਸ਼ਟਾਚਾਰ ਨਾਲ ਜੁੜ ਚੁੱਕੀ ਹੈ ਸਾਡੀ ਪਾਰਟੀ ਸਿਧਾਂਤਾਂ ਤੋਂ ਉਖੜ ਚੁੱਕੀ ਹੈ ਸਾਡੀ ਪਾਰਟੀ ਦੇ ਵਿੱਚ ਦਲਿਤ ਭਾਈਚਾਰੇ ਦਾ ਸਤਕਾਰ ਕੋਈ ਨਹੀਂ ਮੇਰਾ ਇੱਥੇ ਦਮ ਘੁੱਟ ਰਿਹਾ ਸੀ ਮੇਰੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਦਬਾ ਨਹੀਂ ਮੈਂ ਆਪਣੇ ਅੰਦਰੂਨੀ ਮਨ ਦੀ ਆਵਾਜ਼ ਸੁਣੀ ਤੇ ਇਸ ਕਰਕੇ ਮੈਂ ਪਾਰਟੀ ਨੂੰ ਅਲਵਿਦਾ ਕਹਤੀ ਇਹ ਜਨਾਬ ਜਿਨ੍ਹਾਂ ਨੇ ਪਾਰਟੀ ਛੱਡੀ ਆ ਇਹ ਪਹਿਲੀ ਵਾਰ ਵਿਧਾਇਕ ਬਣੇ ਤੇ ਪਹਿਲੀ ਵਾਰ ਦੇ ਵਿੱਚ ਮੰਤਰੀ ਬਣਾਤੇ ਇਸ ਤੋਂ ਪਹਿਲਾਂ ਇਹਦੀ ਧਰਮ ਪਤਨੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਹੀ ਆ ਸੋ ਇਸ ਦੇ ਬਾਵਜੂਦ ਅਚਾਨਕ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਸੰਕਟ ਦੇ ਵਿੱਚ ਆ ਕਿਹੜੇ ਕਾਰਨ ਕਰਕੇ ਪਾਰਟੀ ਛੱਡੀ ਆ ਇਹ ਵਿਚਾਰਾ ਦਾ ਵਿਸ਼ਾ ਹੈਗਾ ਇਹ ਸਵਾਲਾਂ ਦੀ ਗੱਲ ਹੈਗੀ ਆ ਪਰ ਪਹਿਲਾਂ ਇਸ ਰਿਪੋਰਟ ਦਾ ਸਮੂਚਾ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਦਿੱਲੀ ਸਰਕਾਰ ਦੇ ਵਿੱਚ ਸਮਾਜਿਕ ਕਲਿਆਣ ਮੰਤਰੀ ਰਾਜਕੁਮਾਰ ਅਨੰਦ ਨੇ ਲੰਘੇ ਕੱਲ ਮੰਤਰੀ ਅਹੁਦੇ ਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਰੱਦਤਾ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਕਿਤੋਂ ਵੀ ਕੋਈ ਪੇਸ਼ਕਸ਼ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਵੀ ਆ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਸੋਚਦਾ ਰਿਹਾ ਕਿ ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲੇਗਾ ਆਮ ਆਰਬੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਦੇ ਵਿੱਚ ਹੋਇਆ ਸੀ ਅੱਜ ਇਹ ਪਾਰਟੀ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਲਈ ਮੰਤਰੀ ਅਹੁਦੇ ਦੇ ਉੱਤੇ ਰਹਿ ਕੇ ਇਹ ਸਰਕਾਰ ਦੇ ਵਿੱਚ ਕੰਮ ਕਰਨਾ ਅਸਹਿਜ ਹੋ ਗਿਆ ਇਸ ਲਈ ਮੈਂ ਮੰਤਰੀ ਅਹੁਦੇ ਤੇ ਪਾਰਟੀ ਤੋਂ ਅਸਤੀਫਾ ਦੇ ਰਿਹਾ ਕਿਉਂਕਿ ਮੈਂ ਇਨ੍ਹਾਂ ਭ੍ਰਿਸ਼ਟ ਆਚਰਣ ਵਾਲਿਆਂ ਦੇ ਵਿੱਚ ਰਹਿ ਕੇ ਆਪਣਾ ਨਾਂ ਇਨ੍ਹਾਂ ਨਾਲ ਨਹੀਂ ਜੜਵਾਉਣਾ ਚਾਹੁੰਦਾ ਸ਼ਰਾਬ ਨੀਤੀ ਕੇਸ ਦੇ ਵਿੱਚ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਡਿਪਟੀ ਸੀਐਮ ਮਨੀਸ਼ ਸੋਧਿਆ ਤੇ ਹੜ ਦੇ ਵਿੱਚ ਬੰਦ ਨੇ ਪਾਰਟੀ ਨੇਤਾ ਸੰਜੇ ਸਿੰਘ 6 ਮਹੀਨੇ ਬਾਅਦ 4 ਅਪ੍ਰੈਲ ਨੂੰ ਜ਼ਮਾਨਤ ਦੇ ਉੱਤੇ ਬਾਹਰ ਆਏ ਨੇ ਰਾਜਕੁਮਾਰ ਨੇ ਕਿਹਾ ਕਿ ਆਮ ਆਰਮੀ ਪਾਰਟੀ ਵਿੱਚ ਦਲਿਤ ਵਿਧਾਇਕਾਂ ਤੇ ਕੌਂਸਲਰਾਂ ਦਾ ਕੋਈ ਸਲਮਾਨ ਨਹੀਂ ਹੈ ਦਲਤਾਂ ਨੂੰ ਮੁੱਖ ਅਹੁਦਿਆਂ ਦੇ ਉੱਤੇ ਥਾ ਨਹੀਂ ਦਿੱਤੀ ਜਾਂਦੀ ਮੈਂ ਬਾਬਾ ਸਾਹਿਬ ਅੰbedkar ਦੇ ਸਿਧਾਂਤ ਦੇ ਉੱਤੇ ਚੱਲਣ ਵਾਲਾ ਵਿਅਕਤੀ ਹਾਂ ਜੇ ਦਲਤਾਂ ਦੇ ਲਈ ਹੀ ਕੰਮ ਨਾ ਕਰ ਸਕਿਆ ਤਾਂ ਫਿਰ ਪਾਰਟੀ ਦੇ ਵਿੱਚ ਰਹਿਣ ਦਾ ਮਤਲਬ ਕੀ ਹੈ ਰਾਜਕੁਮਾਰ ਅਨੰਦ ਸਾਲ 2020 ਦੇ ਵਿੱਚ ਪਹਿਲੀ ਵਾਰ ਪਟੇਲ ਨਗਰ ਸੀਟ ਤੋਂ ਵਿਧਾਇਕ ਬਣੇ ਸਨ ਉਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਵੀਨਾ आनंद ਵੀ ਇਸ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਰਹੇ ਚੁੱਕੀ ਹੈ ਉਹ ਜਟਪ ਭਾਈਚਾਰੇ ਦੇ ਵਿੱਚ ਆਉਂਦੇ ਨੇ ਰਾਜਕੁਮਾਰ ਆਨੰਦ ਨੂੰ 2022 ਦੇ ਵਿੱਚ ਰਜਿੰਦਰਪਾਲ ਗੋਤਮ ਦੇ ਅਸਤੀਫੇ ਤੋਂ ਬਾਅਦ ਕੇਜਰੀਵਾਲ ਸਰਕਾਰ ਦੇ ਵਿੱਚ ਮੰਤਰੀ ਬਣਾਇਆ ਗਿਆ ਸੀ ਸਮਾਜ ਕਲਿਆਣ ਵਿਭਾਗ ਸੰਭਾਲ ਰਿਹਾ ਨਰਜਿੰਦਰ ਨੇ ਕਿਥੇ ਤ ਤੋਂ ਤੌਰ ਦੇ ਉੱਤੇ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਦੋਸ਼ਾਂ ਦਰਮਿਆਨ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ ਈਡੀ ਨੇ ਰਾਜਕੁਮਾਰ ਆਨੰਦ ਦੇ ਘਰ ਕਸਟਮ ਕੇਸ ਦੇ ਵਿੱਚ 23 ਘੰਟੇ ਛਾਪਾ ਮਾਰਿਆ ਸੀ ਇਸ ਦੌਰਾਨ ਰਾਜਕੁਮਾਰ ਨੇ ਕਿਹਾ ਸੀ ਇਹ ਸਾਨੂੰ ਤੰਗ ਕਰਨ ਆਏ ਨੇ ਸਾਨੂੰ ਇਸ ਵੇਲੇ ਡਾਵਾ ਡੋਲ ਕਰਨ ਆਏ ਨੇ ਪਰ ਅਸੀਂ ਸਥਿਰਾਂ ਤੇ ਸਾਡੀ ਸਰਕਾਰ ਇਸ ਵੇਲੇ ਸਹੀ ਕੰਮ ਕਰ ਰਹੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਜਨੀਤੀ ਨਾਲ ਜੁੜੇ ਹੋਏ ਲੋਕ ਥਾਲੀ ਦੇ ਵਿੱਚ ਪਏ ਪਾਣੀ ਵਰਗੇ ਆ ਇਹ ਪਾਣੀ ਕਦੇ ਇੱਧਰ ਨੂੰ ਹੋ ਜਾਂਦਾ ਕਦੇ ਇੱਧਰ ਨੂੰ ਹੋ ਜਾਂਦਾ ਕਦੇ ਇੱਧਰ ਨੂੰ ਤੇ ਕਦੇ ਇੱਧਰ ਨੂੰ ਇਹ ਟਿਕ ਕੇ ਇੱਕ ਥਾਂ ਦੇ ਉੱਤੇ ਖੜਦਾ ਨਹੀਂ ਇਹੋ ਜਿਹਾ ਕੁਝ ਬਹੁਤ ਸਾਰੀਆਂ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ ਜਿਹੜੇ ਵੇਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਹਾਰੇ ਦੀ ਢਾਰਸ ਦੀ ਲੋੜ ਹੈ ਉਸ ਵੇਲੇ ਆਪਣੇ ਹੀ ਵਿਕਟਾਂ ਛੜ ਛੜ ਭੱਜੀ ਜਾਂਦੇ ਆ ਇੱਕ ਵਿਕਟ ਹੋਲਡਿੰਗ ਪੀ ਇੱਕ ਵਿਕਟ ਹੋਲਡਿੰਗ ਪੀ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਇਹ ਖਬਰਾਂ ਜਦੋਂ ਜੇਲ੍ਹ ਦੇ ਵਿੱਚ ਕੇਜਰੀਵਾਲ ਤੱਕ ਪਹੁੰਚਣੀਆਂ ਹੋਣੀਆਂ ਤਾਂ ਕੁਦਰਤੀ ਗੱਲ ਆ ਉਹਨਾਂ ਨੂੰ ਵੀ ਕਈ ਤਰ੍ਹਾਂ ਦੇ ਅੰਦਰੂਨੀ ਤੌਰ ਦੇ ਉੱਤੇ ਟੁੱਟ ਭੱਜ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਸੋ ਰਾਜਕੁਮਾਰ ਆਨੰਦ ਦੇ ਵੱਲੋਂ ਪਾਰਟੀ ਨੂੰ ਛੱਡ ਦੇਣਾ ਰਾਜਕੁਮਾਰ ਆਨੰਦ ਦੇ ਵੱਲੋਂ ਅਸਤੀਫਾ ਦੇ ਰਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਅਚੰਬੇ ਵਾਲੀ ਗੱਲ ਆ ਉਹ ਕਹਿੰਦੇ ਜੀ ਕਿ ਮੈਂ ਦਲਿਤ ਭਾਈਚਾਰੇ ਦਾ ਸਨਮਾਨ ਨਾ ਹੋਣ ਕਰਕੇ ਦੁਖੀ ਆ ਤੇ ਮੈਂ ਬਾਬਾ ਸਾਹਿਬ ਭੀਮਗਰਾਓ ਅੰbedkar ਸਾਹਿਬ ਦੇ ਪੂਰਨਿਆਂ ਦੇ ਉੱਤੇ ਚੱਲਣ ਵਾਲਾ ਬੰਦਾ ਦੇਖੋ ਪਾਰਟੀ ਨੇ ਇਸ ਵਿਅਕਤੀ ਨੂੰ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਮੰਤਰੀ ਬਣਾਤਾ ਪਹਿਲੀ ਵਾਰ ਚੋਣ ਲੜੀ ਤੇ ਵਿਧਾਇਕ ਬਣੇ ਇਸ ਤੋਂ ਪਹਿਲਾਂ ਨਹੀਂ ਧਰਮ ਪਤਨੀ ਨੂੰ ਵਿਧਾਇਕ ਬਣਨ ਦਾ ਮੌਕਾ ਮਿਲਿਆ ਮਤਲਬ ਇਹ ਆ ਕਿ ਦਲਿਤ ਭਾਈਚਾਰੇ ਨੂੰ ਸਨਮਾਨ ਨਹੀਂ ਦਿੱਤਾ ਇਹ ਗਲਤ ਹੈ ਇਹਨਾਂ ਦੇ ਉੱਤੇ ਆਪਣੇ ਤੇ ਲਾਗੂ ਬਿਲਕੁਲ ਨਹੀਂ ਹੁੰਦੀ ਕਿਉਂਕਿ ਇਹਨਾਂ ਨੂੰ ਤਾਂ ਸਨਮਾਨ ਮਿਲਿਆ ਵੀ ਤੇ ਇਹਨਾਂ ਨੇ ਅੱਗੇ ਨੁਮਾਇੰਦਗੀ ਕਰਨੀ ਆਪਣੇ ਹਲਕੇ ਦੇ ਵਿੱਚ ਪਰ ਹਾਂ ਅੰਦਰੂਨੀ ਕਾਰਨ ਕਈ ਹੋਰ ਹੋਣਗੇ ਇਹ ਵਕਤ ਬਿਆਨ ਕਰੂਗਾ ਕਿ ਉਹ ਕਿਹੜੇ ਕਿਹੜੇ ਵਿਸ਼ੇ ਆ ਕਿਹੜੀਆਂ ਕਿੜੀਆਂ ਗੱਲਾਂ ਜਿਹਦੇ ਕਰਕੇ ਇਹਨਾਂ ਨੂੰ ਇਹ ਅਸਤੀਫਾ ਦੇਣਾ ਪਿਆ ਪਰ ਜਦੋਂ ਪਿਛਲੀ ਵਾਰ ਜਦ ਈਡੀ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਸੀ ਉਦੋਂ ਕਈ ਘੰਟੇ ਪੁਸ਼ਕਿਸ਼ ਹੋਈ ਸੀ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਸੀ ਉਦੋਂ ਪਰ ਬਚਾਅ ਹੋਗਾ ਜਾਂ ਤਾਂ ਇਹ ਹੋਗਾ ਵੀ ਪਾਈ ਆਉਂਦੇ ਸਮੇਂ ਦੇ ਵਿੱਚ ਕੋਈ ਹੋਰ ਕੁੜਕੀ ਦੇ ਵਿੱਚ ਫਸਣ ਦੀ ਸੰਭਾਵਨਾ ਹੋਣੀ ਆ ਜਾਂ ਫਿਰ ਜਿਵੇਂ ਅੱਜ ਕੱਲ੍ਹ ਰਵਾਜਾਂ ਚੱਲਦਾ ਵੀ ਚਲੋ ਯਾਰ ਪਰਲੇ ਪਾਰ ਦਾ ਵੀ ਇੱਕ ਵਾਰੀ ਬੁੱਲਾ ਲੁੱਟ ਕੇ ਆਉਣੇ ਆ ਜਾਂ ਫਿਰ ਇਹ ਭਾਵਨਾ ਹੋਊਗੀ ਪਰ ਗੱਲ ਇਹ ਆ ਵੀ ਆਮ ਆदमी ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਆ ਰਗਵ ਚੱਡਾ ਕਿੱਥੇ ਨਹੀਂ ਇਹ ਇੱਕ ਬਹੁਤ ਵੱਡਾ ਸਵਾਲ ਆ ਰਗਵ ਚੱਡਾ ਕਿਤੇ ਰੜਕਦੇ ਨਹੀਂ ਕਿਤੇ ਦਿਸਦੇ ਹੀ ਨਹੀਂ ਕਿਤੇ ਪਰਖੇ ਨਹੀਂ ਜਾ ਰਹੇ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਪਰ ਲੱਗੇ ਕੱਲ ਜਿਸ ਤਰੀਕੇ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਮੋਰਚਾ ਖੋਲਿਆ ਗਿਆ ਉਹਨੇ ਵੀ ਸਭ ਦਾ ਧਿਆਨ ਖਿੱਚ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਤਸਵਾਲ ਕੀਤੇ ਗਏ ਆ ਉਹਨਾਂ ਨੇ ਲੰਘੇ ਕੱਲ ਵੀ ਇਹ ਗੱਲ ਕਹੀ ਕਿ ਜੀ 3 ਸਾਲ ਪਹਿਲਾਂ ਜਦੋਂ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਤਾਂ ਮੈਨੂੰ ਇਹ ਗੱਲ ਕਹੀ ਗਈ ਸੀ ਕਿ ਜਦੋਂ ਆਪਣੀ ਸਰਕਾਰ ਆ ਗਈ ਤੁਹਾਡੇ ਕੋਲੇ ਬੜੇ ਸਬੂਤ ਆ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਦੇ ਤੁਸੀਂ ਆਪਦੇ ਹੱਥੀਂ ਇਨਸਾਫ ਦੇਣਾ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਾਡੀ ਸਰਕਾਰ ਆਏ ਨੂੰ ਤੇ ਅਸੀਂ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ 'ਚ ਕੱਖ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਵੀ ਮੈਨੂੰ ਇਨਸਾਫ ਦੀ ਆਸ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਹੀ ਇਨਸਾਫ ਦੇ ਸਕਦੇ ਆ ਜਦੋਂ ਉਹ ਆਪਣੀ ਹੀ ਪਾਰਟੀ ਨੂੰ ਘੇਰਾ ਕਤਲੇਸ ਵਾਲਾਂ ਦੇ ਰਹੇ ਤਾਂ ਕਈ ਸਿਆਸੀ ਪਾਰਟੀਆਂ ਦੇ ਆਗੂ ਇਹ ਗੱਲ ਕਹਿੰਦੇ ਆ ਕਿ ਕੁਮਰ ਵਿਜੇ ਪ੍ਰਤਾਪ ਵੀ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਸਕਦੇ ਆ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਪਈਂਦੀ ਆ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਬਾਏ ਬਾਏ ਕਹਿ ਸਕਦੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕਦੇ ਇਹ ਨਹੀਂ ਗੱਲ ਕਹੀ ਕਿ ਮੈਂ ਪਾਰਟੀ ਛੱਡ ਦੇਣੀ ਆ ਪਰ ਉਹਨਾਂ ਨੇ ਹਮੇਸ਼ਾ ਸਵਾਲ ਜ਼ਰੂਰ ਧਾਗੇ ਆ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਆ ਕਿ ਜੋ ਕੁਝ ਅਸੀਂ ਕਹਿ ਕੇ ਆਏ ਹਾਂ ਓਵੇਂ ਅਸੀਂ ਕਰ ਨਹੀਂ ਸਕੇ 92 ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਆ ਜਿਹੜਾ ਇਸ ਤਰੀਕੇ ਦੇ ਨਾਲ ਆਪਣੇ ਵਿਚਾਰ ਪੇਸ਼ ਕਰਦਾ ਸਮਾਂ ਰਸੂਗਾ ਬਣਦਾ ਕੀ ਆ ਪਰ ਇਸ ਵੇਲੇ ਜਿਹੜੀ ਲੀਡਰਸ਼ਿਪ ਹੈ ਇਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰਚਾਰ ਕਿਵੇਂ ਕਰੂ ਕਿਉਂਕਿ ਲੀਡਰ ਘਾਟਾ ਸੂਬੇਵਾਦ ਆ ਜੇ ਆਪਾਂ ਕਹਿ ਲਈਏ ਵੀ ਭਾਈ ਪੰਜਾਬ ਦੇ ਨੇਤਾ ਜਿਹੜੇ ਉਹ ਜਾ ਕੇ ਗੁਜਰਾਤ 'ਚ ਪ੍ਰਚਾਰ ਕਰਨ ਪੰਜਾਬ ਦੇ ਨੇਤਾ ਪੰਜਾਬ ਦੇ ਵਿੱਚ ਉਲਝੇ ਰਹਨੇ ਆ ਗੁਜਰਾਤ ਵਾਲੇ ਗੁਜਰਾਤ ਦੇ ਵਿੱਚ ਰਹਨੇ ਆ ਦਿੱਲੀ ਵਾਲੇ ਦਿੱਲੀ ਦੇ ਵਿੱਚ ਰਹਨੇ ਆ ਉਦਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲਈ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਨੂੰ ਵੀ ਰੱਖਿਆ ਭਗਵੰਤ ਮਾਨ ਤੇ ਸੰਜੇ ਸਿੰਘ ਦੇ ਉੱਤੇ ਇਸ ਵੇਲੇ ਪ੍ਰਚਾਰ ਦੀ ਜ਼ਿੰਮੇਵਾਰੀ ਆ ਉਹ ਥੋੜੇ ਸਮੇਂ ਦੇ ਵਿੱਚ ਕਿੰਨਾ ਕੁ ਵੱਡਾ ਪ੍ਰਚਾਰ ਤੇ ਕਿਵੇਂ-ਕਿਵੇਂ ਕਰਨਗੇ ਇਹ ਵਕਤ ਨੇ ਬਿਆਨ ਕਰਨਾ ਪਰ ਦੋਸ਼ਕ ਦਾ ਦੋਸ਼ਾ ਦਾ سلسلہ جاری ਆ ਰਿਹਾ ਕੋਈ ਇਹ ਗੱਲ ਕਹਿੰਦਾ ਕਿ ਆਮ ਆदमी ਪਾਰਟੀ ਤਾਂ ਭਾਜਪਾ ਦੀ ਵੀ ਟੀਮ ਹੈ ਕੋਈ ਉੱਠ ਕੇ ਕਹਿੰਦਾ ਜੀ ਕਾਂਗਰਸ ਦੀ ਵੀ ਟੀਮ ਹੈ ਕੋਈ ਕੁਛ ਕਹਿੰਦਾ ਹੋ ਕੁਛ ਕਹਿੰਦਾ ਸੋ ਹੈਰਾਨੀ ਹੁੰਦੀ ਹੈ ਵੀ ਚੱਲੀ ਕੀ ਕੀ ਜਾਂਦਾ ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ ਇੱਕ ਦੂਜੇ ਦਾ ਬੰਦਾ ਪੱਟਣ ਨੂੰ ਮਿੰਟ ਲਾਉਦੇ ਆ ਤੇ ਪੰਜਾਬ ਦੇ ਅਸਲ ਮੁੱਦੇ ਕਿੱਥੇ ਹਨ ਇਹ ਗੱਲ ਜ਼ਰੂਰ ਇੱਕ ਮੇਰੀ ਫੇਰ ਗੌਰ ਕਰਨ ਵਾਲੀ ਆ ਅੱਜ ਐਸਵਾਈਐਲ ਵਾਲਾ ਮੁੱਦਾ ਕਿਸੇ ਨੂੰ ਚੇਤੇ ਨਹੀਂ ਨਸ਼ੇ ਦਾ ਕੋਈ ਮੁੱਦਾ ਚੇਤੇ ਨਹੀਂ ਬੰਦੀ ਸਿੰਘਾਂ ਦਾ ਮੁੱਦਾ ਕਿਸੇ ਪੰਜਾਬ ਦੇ ਬੰਦੇ ਨੂੰ ਵੀ ਚੇਤਾ ਨਹੀਂ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਨੂੰ ਚੇਤਾ ਨਹੀਂ ਅੱਜ ਬੰਦੀ ਸਿੰਘਾਂ ਦੀ ਤੇ ਗੋਲੀ ਕਾਂਡ ਦਾ ਮੁੱਦਾ ਚੇਤਾ ਨਹੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਏ ਦਾ ਮੁੱਦਾ ਚੇਤੇ ਨਹੀਂ ਅੱਜ ਪੰਜਾਬ ਦੇ ਵਿੱਚ ਬਾਕੀ ਜਿਹੜੇ ਸਿਰ ਕੱਢੀ ਖੜੇ ਮੁੱਦੇ ਆ ਉਹ ਚੇਤੇ ਨਹੀਂ ਤੇ ਪੰਜਾਬ ਦੇ ਲੋਕ ਵੀ ਇਸੇ ਰੰਗ ਦੇ ਵਿੱਚ ਰੰਗੇ ਪਏ ਆ ਕਿਹੜਾ ਪੱਟਕੇ ਕਿੱਧਰ ਲੈ ਜਾਣਗੇ ਕਿਹੜਾ ਹਾਰ ਜੂਗਾ ਕਿਹੜਾ ਜਿੱਤ ਜੂਗਾ ਐਨੇ ਐਦੀ ਪਿੱਠਲਵਾ ਦੇਣੀ ਆ ਐਨੇ ਐਦੀ ਪਿੱਠਲਵਾ ਦੇਣੀ ਆ ਸਾਨੂੰ ਇਹ ਗੱਲਾਂ ਕਰ ਕਰਕੇ ਸੁਣ ਸੁਣ ਕੇ ਸਵਾਦ ਆਉਂਦਾ ਹੋਰ ਕੋਈ ਗੱਲ ਨਹੀਂ ਤੇ ਰਾਜਨੀਤਿਕ ਲੋਕਾਂ ਦਾ ਮਸਲਾ ਹੱਲ ਕਰ ਜਾਂਦੇ ਹਾਰ ਕੇ ਵੀ ਤੇ ਜਿੱਤ ਕੇ ਵੀ ਲੰਗੇ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਪਤੰਜਲੀ ਵਾਲਿਆਂ ਨੂੰ ਇੱਕ ਵਾਰ ਫਿਰ ਝਾੜ ਵੀ ਪਾ ਦਿੱਤੀ ਗਈ ਹੈ ਤੇ ਚੇਤਾਵਨੀ ਵੀ ਦੇ ਦਿੱਤੀ ਗਈ ਆ ਆਪਾਂ ਜਾਣਦੇ ਕਿ ਰਾਮ ਦੇਵ ਦੇ ਨਾਲ ਬਹੁਤ ਸਾਰੇ ਹੁਣ ਤੱਕ ਵਿਵਾਦ ਜੁੜੇ ਰਹੇ ਆ ਰਾਮ ਦੇਵ ਨੇ ਕਦੇ ਕੋਈ ਗੱਲ ਕਹੀ ਕਦੇ ਕੋਈ ਗੱਲ ਕਹੀ ਕਦੇ ਕੋਈ ਕਹੀ ਕਦੇ ਕੋਈ ਕਹੀ ਜਿਹਦੇ ਕਰਕੇ ਵਿਵਾਦਾਂ ਦੇ ਵਿੱਚ ਅਕਸਰ ਉਹ ਬੰਦਾ ਰਿਹਾ ਕੁਝ ਲੋਕ ਇਹ ਗੱਲ ਕਹਿੰਦੇ ਕਿ ਰਾਮ ਦੇਵ ਬਹੁਤ ਵੱਡਾ ਸਮਾਜ ਸੇਵੀ ਆ ਕੁਝ ਕਿ ਲੋਕ ਕਹਿੰਦੇ ਕਿ ਬਹੁਤ ਵੱਡਾ ਵਪਾਰੀ ਆ ਬਿਜ਼ਨਸਮੈਨ ਆ ਬਿਜ਼ਨਸਮੈਨ ਬਹੁਤ ਸਫਲ ਆ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਤੇ ਬਾਕੀ ਵਿਚਾਰ ਸਭ ਦੇ ਆਪੋ ਆਪਣੇ ਆ। RAMDEV ਦੀ ਪਤੰਜਲੀ ਦੇ ਉੱਤੇ ਇਹ ਦੋਸ਼ ਆ ਕਿ ਉਹਨਾਂ ਦੇ ਵੱਲੋਂ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਇਹਨਾਂ ਦੇ ਵੱਲੋਂ ਕੁਝ ਕੁ ਰੋਗਾਂ ਦਾ ਸਥਾਈ ਹੱਲ ਕਰਨ ਦਾ ਦਾਅਵਾ ਕੀਤਾ ਜਾਂਦਾ ਐਡਵਰਟਾਈਜ਼ਮੈਂਟ ਦੇ ਜ਼ਰੀਏ। ਵਕ ਵਕ ਥਾਵਾਂ ਦੇ ਉੱਤੇ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਦੇ ਵਿੱਚ ਕੁਝ ਕੁ ਰੋਗਾਂ ਦੇ ਸਥਾਈ ਹੱਲ ਦਾ ਦਾਅਵਾ ਕੀਤਾ ਜਾਂਦਾ। ਐਲੋਪੈਥਿਕ ਸੰਸਥਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ ਤੇ RAMDEV ਖੋਰਾ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਿਛਲੀ ਵਾਰੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਬਾਲਕ੍ਰਿਸ਼ਨ ਨੇ ਤੇ ਰਾਮਦੇਵ ਨੇ ਮਾਫੀ ਵੀ ਮੰਗੀ ਸੀ ਪਰ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਭਾਈ ਤੁਹਾਡੀ ਮਾਫੀ ਮਾਫੀ ਵਰਗੀ ਨਹੀਂ ਕਿਉਂਕਿ ਕਾਰਨ ਇਹ ਹੈ ਇੱਕ ਪਾਸੇ ਉਹ ਮਾਫੀ ਮੰਗਦੇ ਅਦਾਲਤ ਦੇ ਵਿੱਚ ਹਲਫਨਾਮਾ ਦਾਖਲ ਕਰਕੇ ਤੇ ਅਦਾਲਤ ਦੇ ਵਿੱਚ ਹਲਫਨਾਮਾ ਮਗਰੋਂ ਜਾਂਦਾ ਪਹਿਲਾਂ ਮੀਡੀਆ 'ਚ ਚਲਾ ਜਾਂਦਾ ਵੀ ਭਾਈ ਅਸੀਂ ਮਾਫੀ ਮੰਗ ਲਈ ਮਾਫੀ ਮੰਗ ਲਈ ਮਾਫੀ ਮੰਗ ਲਈ ਇਹਦੇ ਤੋਂ ਇਹ ਸਿੱਧਾ-ਸਿੱਧਾ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਵੀ ਰਾਮਦੇਵ ਤੇ ਉਹਦੀ ਟੀਮ ਪਤੰਜਲੀ ਟੀਮ ਆ ਜਿਹੜੀ ਉਹ ਇਸ਼ਤਿਹਾਰਬਾਜ਼ੀ ਕਰ ਰਹੀ ਆ ਉਹ ਮੀਡੀਆ ਦਾ ਆਸਰਾ ਲੈ ਰਹੀ ਆ ਉਹਨਾਂ ਦੇ ਵੱਲੋਂ ਆਪਣਾ ਪ੍ਰਚਾਰ ਕੀਤਾ ਜਾਂਦਾ ਤੇ ਮਾਨਯੋਗ ਅਦਾਲਤ ਨੇ ਕੱਲ ਤੱਕ ਖਿੱਚ ਕੇ ਰਖਤਾ ਕੰਮ ਉਹਨਾਂ ਨੇ ਕਿਹਾ ਵੀ ਇੰਉਂ ਨਹੀਂ ਚੱਲੂਗਾ ਤੁਹਾਡੀ ਮਾਫੀ ਮਨਜ਼ੂਰ ਨਹੀਂ ਤੁਹਾਨੂੰ ਬਣਦੀ ਸਰਦੀ ਕਾਰਵਾਈ ਦਾ ਸਾਹਮਣਾ ਕਰਨਾ ਹੀ ਪਊਗਾ ਕੀ ਆਉਂਦੇ ਸਮੇਂ ਦੇ ਵਿੱਚ ਕੋਈ ਜੁਰਮਾਨਾ ਹੋਊਗਾ ਕੀ ਇਹਨਾਂ ਦੀ ਪਤੰਜਲੀ ਦੇ ਉੱਤੇ ਕੋਈ ਕਾਰਵਾਈ ਹੋਊਗੀ ਜਾਂ RAMDEV ਦੇ ਉੱਤੇ ਤੇ BALKRISHAN ਦੇ ਉੱਤੇ ਕਾਰਵਾਈ ਹੋਊਗੀ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦਗ੍ਰਸਤ ਇਸ਼ਤਿਹਾਰੀ ਕੇਸ ਦੇ ਵਿੱਚ RAMDEV ਤੇ BALKRISHNAN ਦੇ ਦੂਜੇ ਮਾਫੀ ਨਾਮੇ ਨੂੰ ਵੀ ਖਾਰਜ ਕਰ ਦਿੱਤਾ ਹੈ। ਜਸਟਿਸ ਹਿਮਾਕੋਲੀ ਤੇ ਜਸਟਿਸ ਅਮਾਨਉੱਤਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਨ ਸੰਗੀ ਤੇ ਮੁਕਲ ਰੋਤਕੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਕੋਰਟ ਦੇ ਆਦੇਸ਼ਾਂ ਦਾ ਉਲੰਘਣ ਕੀਤਾ ਹੈ। ਕਾਰਵਾਈ ਵਾਸਤੇ ਤਿਆਰ ਰਹੋ। ਉੱਤਰਾਖੰਡ ਸਰਕਾਰ ਵੱਲੋਂ ਧਰੁਵ ਮਹਿਤਾ ਤੇ ਵੰਸ਼ਜਾ ਸ਼ੁਕਲਾ ਨੇ ਐਫੀਡਵਟ ਪੜਿਆ। ਸੁਪਰੀਮ ਕੋਰਟ ਨੇ ਕਿਹਾ ਕੇਂਦਰ ਤੋਂ ਖਤ ਆਉਂਦਾ ਕਿ ਤੁਹਾਡੇ ਕੋਲ ਮਾਮਲਾ ਹੈ ਕਾਨੂੰਨ ਦਾ ਪਾਲਣ ਕਰੋ 6 ਵਾਰ ਹੋਇਆ ਵਾਰ-ਵਾਰ ਲਾਇਸੈਂਸਿੰਗ ਇਨਸਪੈਕਟਰ ਚੁਪਰੇ ਇਸ ਤੋਂ ਬਾਅਦ ਜੋ ਆਏ ਉਹਨਾਂ ਵੀ ਇਹੀ ਕੀਤਾ ਤਿੰਨ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਣਾ ਚਾਹੀਦਾ ਮਾਮਲੇ ਦੀ ਅਗਲੀ ਸੁਣਵਾਈ ਹੁਣ 16 April ਨੂੰ ਹੋਏਗੀ ਇਸ ਦੇ ਵਿੱਚ ਪਹਿਲਾਂ 2 April ਨੂੰ ਇਸੇ ਬੈਂਚ ਦੇ ਵਿੱਚ ਸੋਹੀ ਸੁਣਵਾਈ ਦੇ ਦੌਰਾਨ ਪਤੰਜਲੀ ਦੇ ਵੱਲੋਂ ਮਾਫੀ ਨਾਮਾ ਦਿੱਤਾ ਗਿਆ ਸੀ ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਝਾੜ ਪਾਉਂਦਿਆ ਕਿਹਾ ਸੀ ਕਿ ਇਹ ਮਾਫੀ ਨਾਮਾ ਸਿਰਫ ਖਾਣਾ ਪੂਰਤੀ ਵਾਸਤੇ ਆ ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਦਿਸ ਰਹੀ ਇਸ ਤੋਂ ਬਾਅਦ ਕੋਰਟ ਨੇ 10 ਅਪ੍ਰੈਲ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਸੀ ਸੁਣਵਾਈ ਤੋਂ ਠੀਕ ਇੱਕ ਦਿਨ ਪਹਿਲਾਂ 9 ਅਪ੍ਰੈਲ ਨੂੰ ਆਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਬਾਲਕ੍ਰਿਸ਼ਨ ਨੇ ਐਫੀਡੈਵਟ ਫਾਈਲ ਕੀਤਾ ਜਿਦੇ ਵਿੱਚ ਬਿਨਾਂ ਸ਼ਰਤ ਮਾਫੀ ਮੰਗੀ ਗਈ ਤੇ ਜੋ ਮਾਫੀਨਾਮਾ ਦਿੱਤਾ ਗਿਆ ਆਰਾਮਦੇਵ ਦੇ ਵੱਲੋਂ ਉਹਦੇ ਵਿੱਚ ਲਿਖਿਆ ਹੋਇਆ ਮੈਂ ਇਸ਼ਤਿਹਾਰਾਂ ਦੇ ਮੁੱਦੇ ਦੇ ਸਬੰਧ ਦੇ ਵਿੱਚ ਬਿਨਾਂ ਸ਼ਰਤ ਮਾਫੀ ਮੰਗਦਾ ਹਾਂ ਮੈਨੂੰ ਇਸ ਗਲਤੀ ਦੇ ਉੱਤੇ ਡੂੰਘਾ ਅਫਸੋਸ ਹੈ ਤੇ ਮੈਂ ਅਦਾਲਤ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਸ ਨੂੰ ਦੁਹਰਾਇਆ ਨਹੀਂ ਜਾਵੇਗਾ 21 ਨਵੰਬਰ 2023 ਨੂੰ ਕੋਰਟ ਦੇ ਆਦੇਸ਼ ਦੇ ਉਲੰਘਣ ਦੇ ਉੱਤੇ ਵੀ ਮੈਂ ਮਾਫੀ ਮੰਗਦਾ ਹਾਂ ਮੈਂ ਹਮੇਸ਼ਾ ਕਾਨੂੰਨ ਤੇ ਨਿਆਂ ਦੇ ਸਨਮਾਨ ਨੂੰ ਰੱਖਣ ਦੇ ਵਾਸਤੇ ਵਚਨ ਦਿੰਦਾ ਹਾਂ ਇੱਥੇ ਵੀ ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 17 ਅਗਸਤ 2022 ਨੂੰ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਸੁਣਵਾਈ ਕਰ ਰਹੀ ਹੈ ਇਹਦੇ ਵਿੱਚ ਕਿਹਾ ਗਿਆ ਕਿ ਪਤੰਜਲੀ ਨੇ ਕੋਵਿਡ ਵੈਕਸੀਨੇਸ਼ਨ ਤੇ ਐਲੋਪੈਥੀ ਦੇ ਖਿਲਾਫ ਨੈਗੇਟਿਵ ਪ੍ਰਚਾਰ ਕੀਤਾ ਖੁਦ ਦੀਆਂ ਆਯੁਰਵੈਦਿਕ ਦਵਾਈਆਂ ਦੇ ਨਾਲ ਬਿਮਾਰੀਆਂ ਦੇ ਇਲਾਜ ਦਾ ਝੂਠਾ ਦਾਵਾ ਕੀਤਾ ਸੋ ਇਸ ਗੱਲ ਦੇ ਉੱਤੇ RAMDEV ਤੇ ਉਹਦਾ ਸਾਥੀ ਕਸੂਤੇ ਫਸੇ ਹੋਏ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਜਿਸ ਤਰੀਕੇ ਦੇ ਨਾਲ RAMDEV ਨੂੰ ਘੇਰਾ ਪਿਆ ਮੇਰਾ ਖਿਆਲ ਆ ਵੀ ਉਹਦੀ ਵੀ ਜਾਨ ਇਨੀਸ਼ੀਏਟਿਵ ਛੁੱਟਣੀ ਨਹੀਂ ਉਹਦਾ ਕਾਰਨ ਇਹ ਆ ਕਿ RAMDEV ਦੇ ਉੱਤੇ ਇਸ ਤੋਂ ਪਹਿਲਾਂ ਵੀ ਬੜੀ ਬਾਰ ਦੋਸ਼ ਲੱਗੇ ਆ ਕਿ ਉਹਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਹਰ ਬਿਮਾਰੀ ਦਾ ਇਲਾਜ ਹੈਗਾ ਹਰ ਬਿਮਾਰੀ ਦਾ ਹੱਲ ਹੈਗਾ ਤੁਹਾਨੂੰ ਚੇਤੇ ਹੋਣਾ ਜਦੋਂ ਕੋਰੋਨਲ ਦਵਾਈ ਬਣਾਈ ਸੀ ਕਰੋਨਾ ਦੇ ਮੌਕੇ ਜਦੋਂ ਵਾਰ ਪੈਦਾ ਹੋ ਗਿਆ ਫਿਰ ਇਹ ਗੱਲ ਕਹੀ ਗਈ ਕਿ ਇਹ ਤਾਂ ਇਮਿਊਨਿਟੀ ਨੂੰ ਬੂਸਟ ਕਰਨ ਵਾਲੀ ਇਮਿਊਨਿਟੀ ਬੂਸਟਰ ਵਾਲੀ ਦਵਾਈ ਆ ਇਹ ਜੜੀ ਬੂਟੀਆਂ ਦੀ ਗੱਲ ਆ ਪਰ ਪਹਿਲਾਂ ਗੱਲ ਕਹੀ ਗਈ ਸੀ ਕਿ ਭਾਈ ਕਰੋਨਾ ਭਜਾਉਣਾ ਤੇ ਇਧਰ ਆ ਕੇ ਜੁੜਜੋ ਸੋ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਪ੍ਰਚਾਰ ਕੀਤੇ ਗਏ ਪਰ ਇਹ ਮਾਮਲਾ ਜਦੋਂ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਆ ਤਾਂ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ ਕਦੇ ਪਤੰਜਲੀ ਦੀ ਮੈਗੀ ਦੇ ਵਿੱਚੋਂ ਕੁਝ ਨਿਕਲਦਾ ਕਦੇ ਪਤੰਜਲੀ ਦੇ ਬਿਸਕੁਟਾਂ ਦੀ ਸਮੱਸਿਆ ਹੁੰਦੀ ਆ ਕਦੇ ਪਤੰਜਲੀ ਦੇ ਸ਼ਹਿਦ ਦੇ ਉੱਤੇ ਸਵਾਲ ਉੱਠਦੇ ਆ ਤੇ ਕਦੇ ਪਤੰਜਲੀ ਬ੍ਰਾਂਡ ਵਾਲੇ ਦੇਸੀ ਘਿਓ ਦੇ ਉੱਤੇ ਸਵਾਲ ਉੱਠਦੇ ਆ ਤੇ ਕਦੇ ਕਿਸੇ ਹੋਰ ਚੀਜ਼ ਦੇ ਉੱਤੇ ਸਵਾਲ ਉੱਠਦੇ ਆ ਬਹੁਤ ਸਾਰੇ ਪ੍ਰੋਡਕਟ ਬਹੁਤ ਸਾਰੀਆਂ ਚੀਜ਼ਾਂ ਇਹ ਹੋ ਜਿਗਾਂ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਸਵਾਲ ਉੱਠੇ ਆ ਪਰ ਕਿਉਂਕਿ ਉਹ ਅੱਜਕੱਲ੍ਹ ਖਬਰ ਦੀ ਉਮਰ ਥੋੜੀ ਜਿਹੀ ਆ ਇਸ ਕਰਕੇ ਮਹੀਨੇ ਦੋ ਮਹੀਨੇ ਬਾਅਦ ਗੱਲ ਆਈ ਗਈ ਹੋ ਜਾਂਦੀ ਆ ਤੇ ਫਿਰ ਉਹ ਕੰਮ ਅੱਗੇ ਤੋਂ ਅੱਗੇ ਚੱਲੀ ਰਹਿੰਦਾ ਪਤੰਜਲੀ ਦਾ ਸਾਮਾਨ ਵਿਕਣਾ ਚੱਲੀ ਰਹਿੰਦਾ ਪਰ ਜਿਹੜੀ ਇਹ ਗੁੰਮਰਾਹਕੁਨ ਇਸ਼ਤਿਹ ਇਸ ਮਾਮਲੇ ਦੇ ਵਿੱਚ ਰਾਮਦੇਵ ਤੇ ਬਲਕ੍ਰਿਸ਼ਨ ਹੋਰੀ ਕਸੂਤੇ ਘਰੇ ਹੋਏ ਆ ਵੇਖਦੇ ਆ ਕਿ ਅਗਲੀ ਤਰੀਕੇ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੀ ਕੀ ਗੱਲਾਂ ਕਹੀਆਂ ਜਾਣਗੀਆਂ ਲੰਘ ਕੱਲ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਜਲੰਧਰ ਤੋਂ ਭਾਜਪਾ ਦੇ ਹੁਣ ਉਮੀਦਵਾਰ ਹਨ ਜਿਹੜੇ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਨ ਤੇ ਜਿਹੜੇ ਪਹਿਲਾਂ ਵਿਧਾਇਕ ਵੀ ਰਹੇ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਸਦ ਮੈਂਬਰ ਵੀ ਰਹੇ ਲਿਆ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਆਪਣੇ ਚੋਣ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ ਆ ਹਵਨ ਵੀ ਕੀਤਾ ਗਿਆ ਬਾਕੀ ਧਾਰਮਿਕ ਰਸਮਾਂ ਵੀ ਕੀਤੀਆਂ ਗਈਆਂ ਪਾਠ ਪੂਜਾ ਕੀਤੀ ਗਈ ਆ ਬਹੁਤ ਵਧੀਆ ਗੱਲ ਆ ਪਰ ਇਸ ਮੌਕੇ ਦੇ ਉੱਤੇ ਇਹਨਾਂ ਦੇ ਵੱਲੋਂ ਕੁਝ ਗੱਲਾਂ ਇਹੋ ਜਿਹੀਆਂ ਕਹਿ ਗੰਗਾ ਜਿਹਦੇ ਉੱਤੇ ਸਵਾਲ ਪੈਦਾ ਹੋ ਗਿਆ ਇਹਨਾਂ ਨੇ ਇਹ ਗੱਲ ਕਹਤੀ ਆ ਜੀ ਕਿ ਮੇਰੇ ਖਿਲਾਫ ਚੋਣ ਲੜਨ ਵਾਸਤੇ ਭਗਵੰਤ ਮਾਨ ਹੋਰੀ ਆਪ ਤਿਆਰ ਵਰ ਤਿਆਰ ਆ ਯਾਨੀ ਕਿ ਆਮ ਆਰਮੀ ਪਾਰਟੀ ਦੇ ਵਿੱਚੋਂ ਇਹ ਭਾਜਪਾ ਦੇ ਵਿੱਚ ਗਏ ਆ ਇਹਨਾਂ ਨੇ ਕਿਹਾ ਜੀ ਕਿ ਮੇਰੇ ਖਿਲਾਫ ਭਗਵੰਤ ਮਾਨ ਹੋਰੀ ਚੋਣ ਲੜਨ ਨੂੰ ਤਿਆਰ ਆ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵੱਲੋਂ ਚੋਣ ਲੜ ਰਹੇ ਆ ਇਹ ਗੱਲ ਪੱਕੀ ਹੋ ਗਈ ਆ ਮਤਲਬ ਇਹ ਆ ਕਿ ਚੰਨੀ ਵਰਸਸ ਸੁਸ਼ੀਲ ਰਿੰਕੂ ਤੇ ਵਰਸਸ ਕਈ ਹੋਰ ਜਾਣੇ ਯਾਨਕਿ 4-5 ਦਾ ਮੁੱਖ ਚਿਹਰੇ ਹੋਣਗੇ ਇੱਥੇ ਕਾਂਗਰਸ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਜਾਣਾ ਉਹਦੇ 2-4 ਦਿਨਾਂ ਦੇ ਵਿੱਚ ਬੀਜੇਪੀ ਨੇ ਐਲਾਨਿਆ ਹੋਇਆ ਆ ਅਕਾਲੀ ਦਲ ਤੇ ਕਾਂਗਰਸ ਦਾ ਉਮੀਦਵਾਰ ਹਲੇ ਐਲਾਨ ਜਣਾ ਬਾਕੀ ਆ ਵੇਨੇ ਆ ਵੀ ਉਹਦੇ ਸਮੇਂ ਦੇ ਵਿੱਚ ਹੋਰ ਕਿਹੜਾ ਕਿਹੜਾ ਇਥੋਂ ਬਾਜ਼ੀ ਮਾਰਦਾ ਉਮੀਦਵਾਰੀ ਦੇ ਵਿੱਚ ਤੇ ਕੌਣ ਕਿਹਨੂੰ ਧੋਬੀ ਪਟਕਾ ਲਵਾਉਂਦਾ ਚੋਣਾਂ ਦੇ ਮੌਕੇ ਪਰ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਤਿਆਰੀਆਂ ਕਰ ਰਹੀ ਹੈ ਬੀਜੇਪੀ ਵੱਲੋਂ ਬਣਾਇਆ ਗਿਆ ਚੋਣ ਦਫ਼ਤਰ ਦਾ ਲੰਘੇ ਕਲੋਤ ਘਾਟਨ ਕੀਤਾ ਗਿਆ ਇਸ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਵਿਰੋਧੀਆਂ ਦੇ ਉੱਤੇ ਖੂਬ ਭੜਕੇ ਦਫ਼ਤਰ ਦੇ ਦੁਘਟਨ ਤੋਂ ਪਹਿਲਾਂ ਹਵਨ ਯੱਗ ਤੇ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਦੌਰਾਨ ਭਾਜਪਾ ਦੀ ਤਮਾਮ ਲੀਡਰਸ਼ਿਪ ਦੇ ਨਾਲ ਉਮੀਦਵਾਰ ਸੁਸ਼ੀਲ ਰਿੰਕੂ ਤੇ ਵਿਧਾਇਕ ਸ਼ੀਤਲ ਉਂਗਰਾਲ ਵੀ ਮੌਜੂਦ ਰਹੇ ਪ੍ਰੋਗਰਾਮ ਦੇ ਦੌਰਾਨ ਰਿੰਕੂ ਨੇ ਹੈਰਾਨ ਕਰਨ ਵਾਲੀ ਗੱਲ ਕਹੀ ਰਿੰਕੂ ਨੇ ਕਿਹਾ ਕਿ ਆਮ ਆदमी ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਚੋਣ ਲੜਨਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰ ਕੇ ਬੂਤਪੱਦਰ ਦੇ ਉੱਤੇ ਤੇ ਸ਼ਕਤੀ ਕੇਂਦਰ ਦੇ ਵਰਕਰਾਂ ਦਰਮਿਆਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕੋਈ ਦਿਨਾਂ ਦੇ ਅੰਦਰ ਟੋਣਾ ਦਾ ਡਿਜ਼ਾਈਨ ਤਿਆਰ ਕਰ ਦਿੱਤਾ ਜਾਵੇਗਾ ਤੇ ਫਿਰ ਉਸੇ ਪੈਰਾਮੀਟਰ ਦੇ ਉੱਤੇ ਪ੍ਰਚਾਰ ਕੀਤਾ ਜਾਵੇਗਾ ਆਮ ਆਰਮੀ ਪਾਰਟੀ ਵੱਲੋਂ ਪੰਜਾਬ ਦੇ ਗਦਾਰ ਕਹੇ ਜਾਣ ਦੇ ਪੋਸਟਰ ਨੂੰ ਲੈ ਕੇ ਸੁਸ਼ੀਲ ਰਿੰਕੂ ਨੇ ਕਿਹਾ ਆਮ ਆਰਮੀ ਪਾਰਟੀ ਨੇ ਜਨਤਾ ਨਾਲ ਕੀਤੇ ਹੋਏ ਵਾਦੇ ਖੁਦ ਨਹੀਂ ਪੂਰੇ ਕੀਤੇ ਤੇ ਗਦਾਰ ਸਾਨੂੰ ਕਹਿੰਦੇ ਨੇ ਰਿੰਕੂ ਨੇ ਕਿਹਾ ਕਿ ਆਮ ਆਰਮੀ ਪਾਰਟੀ ਦਾ ਬੁਰਾ ਹਾਲ ਹੈ ਆਮ ਆਰਮੀ ਪਾਰਟੀ ਵੱਲੋਂ ਵਿਕਾਸ ਦਾ ਕੋਈ ਵੀ ਕੰਮ ਪੰਜਾਬ ਦੇ ਵਿੱਚ ਨਹੀਂ ਕੀਤਾ ਗਿਆ 2 ਸਾਲ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਵਾਲੇ ਆਪਦਾ ਉਮੀਦਵਾਰ ਨਹੀਂ ਲੱਭ ਸਕੇ ਆਮ ਆਦਮੀ ਪਾਰਟੀ ਦਾ ਤਾਂ ਇਹ ਹਾਲ ਹੈ ਕਿ ਆਪਣੇ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ 13 0 ਨਾਲ ਜਿੱਤ ਦਰਜ ਕਰਾਂਗੇ ਇਹਦੇ ਉੱਤੇ ਰਿੰਕੂ ਨੇ ਕਿਹਾ ਕਿ ਤੇ ਮਾਨ ਸਾਹਿਬ ਦਾ ਇਹ ਅੰਕੜਾ ਉਲਟਾ ਨਾ ਹੋ ਜਾਵੇ 13 0 ਦੀ ਬਜਾਏ 0 13 ਨਾ ਹੋ ਜਾਵੇ ਤੇ ਚੰਨੀ ਨੂੰ ਲੈ ਕੇ ਰਿੰਕੂ ਨੇ ਕਿਹਾ ਕਿ ਚੰਨੀ ਤੇ ਉਹਨਾਂ ਦਾ ਪਰਿਵਾਰ ਈੜੀ ਦਾ ਚੱਕਰ ਲਾ ਰਹੇ ਨੇ ਉਹ ਇਹ ਨਾ ਦੱਸਣ ਕਿ ਇਮਾਨਦਾਰੀ ਕੀ ਹੁੰਦੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਰਿੰਕੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਖੁਦ ਚੋਣ ਲੜਨਗੇ ਜੇ ਉਹਨਾਂ ਨੇ ਇਸ ਪ੍ਰਸੰਗ ਦੇ ਵਿੱਚ ਗੱਲ ਕਹੀ ਹੈ ਕਿ ਜਲੰਧਰ ਤੋਂ ਭਗਵੰਤ ਮਾਨ ਸਾਹਿਬ ਚੋਣ ਲੜਨਗੇ ਫਿਰ ਰਿੰਕੂ ਹਰਾਂ ਦੀ ਗੱਲ 100% ਦੀ ਗਲਤ ਹੈ ਪਹਿਲੀ ਗੱਲ ਤਾਂ ਭਗਵੰਤ ਮਾਨ ਹੋਰੀ ਚੋਣ ਲੜਨਗੇ ਹੀ ਨਹੀਂ ਇਹ ਗੱਲ ਪੱਕੀ ਹੈ ਦੂਜੀ ਗੱਲ ਇਹ ਹੈ ਵੀ ਜੇਕਰ ਉਹਨਾਂ ਨੇ ਲੜਨੀ ਹੀ ਹੋਈ ਤਾਂ ਜਲੰਧਰ ਤੋਂ ਕਿਵੇਂ ਲੜ ਲੈਣਗੇ ਜਲੰਧਰ ਵਾਲੀ ਸੀਟ ਰਿਜ਼ਰਵ ਹੈ ਤੇ ਭਗਵੰਤ ਮਾਨ ਹੋਰੀ ਜਨਰਲ ਸੀਟ ਵਾਲੇ ਆ ਜਲੰਧਰ ਦੇ ਵਿੱਚੋਂ ਕਿਹਨੂੰ ਟਿਕਟ ਮਿਲੂਗੀ ਤਾਂ ਸਮਾਂ ਦੱਸੂਗਾ ਪਰ ਭਗਵੰਤ ਮਾਨ ਹੋਰੀ ਜਲੰਧਰ ਦੇ ਵਿੱਚੋਂ ਸੀਟ ਕਿਵੇਂ ਲੜ ਲੈਣਗੇ ਚੋਣ ਕਿਵੇਂ ਲੜ ਦੇਣਗੇ ਲੈਣਗੇ ਇਹਦੇ ਬਾਰੇ ਸਵਾਲ ਪਹਿਲਾ ਹੁੰਦਾ ਇਹ ਤਾਂ ਐਵੇਂ ਗੱਲ ਆ ਵੀ ਭਾਈ ਇੱਥੋਂ ਵੀ ਆ ਹੋ ਸਕਦਾ ਉੱਥੋਂ ਵੀ ਆ ਸਕਦਾ ਐਦਾਂ ਨਹੀਂ ਹੋ ਸਕਦਾ ਜਿਵੇਂ ਕਿ ਕਹਿ ਗਿਆ ਪਰ ਇਹ ਗੱਲ ਜ਼ਰੂਰ ਹੈ ਕਿ ਕੀ ਜਲੰਧਰ ਦੇ ਵਿੱਚੋਂ ਸਥਾਨਕ ਕੋਈ ਉਮੀਦਵਾਰ ਹੋਊਗਾ ਯਾਨੀ ਕਿ ਕੋਈ ਵਲੰਟੀਅਰਾਂ ਦੇ ਵਿੱਚੋਂ ਕੋਈ ਨੇਤਾ ਜਿਹੜਾ ਚੁਣਿਆ ਜਾਊਗਾ ਵੀ ਭਾਈ ਇਹਨੂੰ ਟਿਕਟ ਦਿੰਨੇ ਆ ਜਾਂ ਜਿਵੇਂ ਆਪਾਂ ਪਿਛਲੀ ਵਾਰੀ ਉਧਾਰਾ ਬੰਦਾ ਲੈ ਕੇ ਤੇ ਉਹਨੂੰ ਜਤੌਣ ਚ ਕਾਮਯਾਬ ਹੋਏ ਸੀ ਤੇ ਉਸ ਤਰੀਕੇ ਨਾਲ ਹੋਊਗਾ ਜੇ ਆਮ ਆਰਮੀ ਪਾਰਟੀ ਨੇ ਚੌਧਰੀ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਲਿਆਂਦਾ ਜਿਵੇਂ ਕਿ ਚਰਚਾ ਚੱਲ ਰਹੀ ਆ ਕਿ ਕਾਂਗਰਸ ਤੋਂ ਨਾਰਾਜ਼ ਹੋਇਆ ਚੌਧਰੀ ਪਰਿਵਾਰ ਸ਼ਾਇਦ ਆਪ ਤੇ ਚਲਾ ਜਾਵੇ ਸ਼ਾਇਦ ਸ਼ਾਇਦ ਉਹਨਾਂ ਨੇ ਕਿ ਸੱਟ ਅਬਰ ਦੇ ਜੀ ਨੂੰ ਟਿਕਟ ਮਿਲ ਜੇ ਜੇਕਰ ਇਦਾਂ ਹੋ ਗਿਆ ਤਾਂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਇਥੋਂ ਦੇ ਵਰਕਰਾਂ ਨੇ ਇਹ ਗੱਲ ਕਹਿਣੀ ਹੈ ਨੇਤਾਵਾਂ ਨੇ ਗੱਲ ਕਹਿਣੀ ਵੀ ਪਹਿਲਾਂ ਸਾਨੂੰ ਰਿੰਕੂ ਦਿੱਤਾ ਤੇ ਰਿੰਕੂ ਛੱਡ ਗਿਆ ਤਾਂ ਹੁਣ ਸਾਨੂੰ ਕੋਈ ਹੋਰ ਦਿੱਤਾ ਬਗਾਨੀ ਥਾਂ ਤੋਂ ਲਿਆ ਕੇ ਇਸ ਕਰਕੇ ਜਲੰਧਰ ਦੇ ਵਿੱਚੋ ਹੀ ਉਧਰ ਲੁਧਿਆਣੇ ਦੇ ਵਿੱਚੋ ਹੀ ਬੰਦਾ ਲੱਭਣਾ ਪੈਣਾ ਜੇਕਰ ਆਮ ਆਦਮੀ ਪਾਰਟੀ ਟੱਕਰ ਲੈਣਾ ਚਾਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਨੇ ਬਗਾਨੇ ਸਰ ਦੇ ਉੱਤੇ ਜਿਹੜੀਆਂ ਕਾਮਯਾਬੀਆਂ ਹਾਸਲ ਕਰਨ ਦਾ ਸਿਲਸਲਾ ਸ਼ੁਰੂ ਕੀਤਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੁਸੀਂ ਦੇਖੋ ਵੀ ਗੁਰਪ੍ਰੀਤ ਸਿੰਘ ਜੀਪੀ ਨੂੰ ਲਿਆ ਕਾਂਗਰਸ ਦੇ ਵਿੱਚੋਂ ਤੇ ਕਾਂਗਰਸ ਦੇ ਵਿੱਚੋਂ ਹੀ ਰਾਜਕੁਮਾਰ ਚੱਬੇਵਾਲ ਸਾਹਿਬ ਨੂੰ ਲਿਆ ਤੇ ਨਾਲੇ ਕਿੰਨੇ ਵੀ ਭਾਈ ਕਾਂਗਰਸ ਸਹੀ ਨਹੀਂ ਕਾਂਗਰਸ ਦੇ ਵੱਲ ਨੁਕਸਾਨ ਬਹੁਤ ਕੀਤਾ ਗਿਆ ਕਾਂਗਰਸ ਤੇ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਦੇਸ਼ ਦਾ ਨੁਕਸਾਨ ਬੜਾ ਕਰਤਾ ਸੋ ਇਸ ਕਰਕੇ ਸਵਾਲ ਪੈਦਾ ਹੁੰਦੇ ਆ ਸੋ ਵੇਨੇ ਭਾਈ ਕੀ ਬਣਦਾ ਪਰ ਹਾਲੇ ਮੇਰਾ ਖਿਆਲ ਆ ਵੀ ਹਫ਼ਤੇ ਦੇ ਵਿੱਚ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਪੱਤੇ ਖੋਲ ਦੇਣੇ ਆ ਫਿਰ ਪਤਾ ਲੱਗੂਗਾ ਵੀ ਕੌਣ ਕੀੜਾ ਕਿੱਥੋਂ ਕਿਵੇਂ ਸਾਹਮਣਾ ਕਰ ਰਿਹਾ ਖਬਰਾਂ ਕੁਝ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਆ ਗਿਆ ਧੰਨਵਾਦ